कर रहे हैं असी कर रहे हैं करांगे और ਸੁਖਵੀਰਵਾਲ ਦੀ ਨਾਨੀ ਯਾਦ ਕਰਾ ਦੇਵਾਂਗੇ ਅਸੀਂ ਡਬਲ ਪੂਰੀ ਤਰ੍ਹਾਂ ਹੁਣ ਤਿਆਰ ਹਾਂ ਅੱਜ ਹੀ ਅਸੀਂ ਟੈਲੀਫੋਨਾਂ ਤੇ ਸਾਰਿਆਂ ਨਾਲ ਗੱਲਾਂ ਕੀਤੀਆਂ ਨਹੀਂ ਜੋ ਵੀ ਅਸੀਂ ਡੇਟ ਡਿਸਾਈਡ ਕਰਦੇ ਅਜੇ ਅਜੇ ਮੈਂ ਹੀ ਦੱਸਦੀ ਹਾਂ ਡੇਟ ਅਜੇ ਹੋਣੀ ਹੈ ਕਿਉਂਕਿ ਅੰਡਰ ਪ੍ਰੋਸੈਸ ਹੈ ਅਸੀਂ ਅਜੇ ਸੀਐਲਪੀ ਦਾ ਵੀ ਕਿਹਾ ਉਹਨਾਂ ਨੂੰ ਛੇਤੀ ਕਰ ਦਿਓ ਉਹ ਅੰਡਰ ਪ੍ਰੋਸੈਸ ਸਾਰਾ ਕੰਮ ਚੱਲ ਰਿਹਾ ਹੈ ਕੰਪਲੀਟ ਹੋ ਜਾਣ ਤੇ ਸਾਰਾ ਕੁਝ ਹੁਣ ਤਾਂ ਕੁਝ ਦਿਨਾਂ ਦੀ ਗੱਲ ਹੀ ਹੈ ਸਦਭਾਵਨਾ ਰੈਲੀ ਹਾਂ ਜੋ ਵੀ ਹੈਗਾ ਸਦਭਾਵਨਾ ਰੈਲੀ ਤਾਂ ਸਾਡੀ ਹੈ ਮੰਦਭਾਵਨਾ ਤਾਂ ਹੈ ਕਾਲੀਆਂ ਦੀ ਸਾਡੀ ਹੈ ਸਦਭਾਵਨਾ ਅਸੀਂ ਕਹਿੰਦੇ ਹਾਂ ਅਮਨ ਅਮਨ ਰੈਲੀ ਜਿਹੜੀ ਕਾਲੀਆਂ ਨੇ ਸਦਭਾਵਨਾ ਰੈਲੀ ਕਹੀ ਹੈ ਝੂਠਾ ਨਾਂ ਰੱਖਿਆ ਇਹਨਾਂ ਨੇ ਉਹ ਸਦਭਾਵਨਾ ਨਹੀਂ ਉਹ ਆਪਣੀ ਮੰਦਭਾਵਨਾ ਹੈ ਅਤੇ ਸਦਭਾਵਨਾ ਦਾ ਨਾਂ ਐਵੇਂ ਲੈਂਦੇ ਹੋ ਸਦਭਾਵਨਾ ਕਾਂਗਰਸ ਦੀ ਹੋਊਗੀ ਜਿਹੜੀ ਹੋਣੀ ਹੈ ਅਸੀਂ ਚਾਹੁੰਦੇ ਹਾਂ ਕਿ ਅਮਨ ਸ਼ਾਂਤੀ ਅਸੀਂ ਅੱਗੇ ਵੀ ਕਰਵਾਉਣੀਆਂ ਕੀਤੀਆਂ ਅਮਨ ਸ਼ਾਂਤੀ ਲਈ ਅੱਜ ਵੀ ਅਸੀਂ ਚਾਹੁੰਦੇ ਹਾਂ ਸੋ ਸਦਭਾਵਨਾ ਉਹ ਹੁੰਦੀ ਹੈ ਜਿਹੜੀ ਇਕੱਠੇ ਕਰੇ ਇਹ ਤਾਂ ਪਾੜਾ ਪਾਉਂਦੇ ਹੈ ਇਹ ਤਾਂ ਧੱਕੇ ਕਰਦੇ ਹੈ ਅਤੇ ਅਸੀਂ ਸਾਰੇ ਲੀਡਰਾਂ ਨੇ ਇਹੀ ਕਿਹਾ ਸਪੈਸ਼ਲੀ ਮੈਂ ਖੁਦ ਕੈਪਟਨ ਅਮਰਿੰਦਰ ਸਿੰਘ ਦਾ ਪਰਸਨਲੀ ਵੀ ਜਵਾਨੀ ਵੀ ਨਾਮ ਲੈ ਕੇ ਉਹਨਾਂ ਦਾ ਆਈ ਹਾਂ ਕਿ ਉਹਨਾਂ ਨੂੰ ਬੁਲਾਓ ਕਿਉਂਕਿ ਅਸੀਂ ਪੰਜਾਬ ਬਚਾਉਣਾ ਕਾਂਗਰਸ ਬਚਾਉਣੀ ਹੈ ਉਹ ਸੀਨੀਅਰ ਮੋਸਟ ਹੈਗੇ ਆ ਸੋ ਕਿਸੇ ਵੀ ਥਾਂ 'ਤੇ ਬਲਕਿ ਮੈਂ ਆਪਣੇ ਵੱਲੋਂ ਕਿਹਾ ਕਿ ਮੈਨੂੰ ਇਸ ਵਕਤ ਕੋਈ ਅਹੁਦਾ ਨਹੀਂ ਚਾਹੀਦਾ ਆਫਟਰ ਇਲੈਕਸ਼ਨ ਫਿਰ ਮੈਂ ਦੱਸੂੰਗੀ ਮੈਂ ਸੋਚੂੰਗੀ ਫਿਰ ਮੈਂ ਮੰਗ ਕਰੂੰਗੀ ਮੈਨੂੰ ਕੀ ਚਾਹੀਦਾ ਲੇਕਿਨ ਬਿਫੋਰ ਇਲੈਕਸ਼ਨ ਮੈਨੂੰ ਕੱਖ ਨਹੀਂ ਚਾਹੀਦਾ ਤੁਸੀਂ ਜਿਹਨੂੰ ਮਰਜ਼ੀ ਦਿਓ ਉਹ ਜਿਹਨੂੰ ਮਰਜ਼ੀ ਚਾਹੁਣਗੇ ਕਰ ਦੇਣਗੇ ਜਿਹੜਾ ਦੇਖੋ ਇਹਨਾਂ ਨੇ ਪਹਿਲਾਂ ਹੀ ਮੀਡੀਆ ਕੈਪਚਰ ਕੀਤਾ ਜਿਹੜੇ ਤਾਂ ਇਹਨਾਂ ਦੇ ਗੁਣ ਗਾਵੇ ਸੁਖਵੀਰ ਬਾਦਲ ਦੇ ਗੁਣ ਗਾਵੇ ਉਹ ਤਾਂ ਵਧੀਆ ਹੈ ਅਤੇ ਜਿਹੜਾ ਸੱਚਾਈ ਸਾਹਮਣੇ ਲਿਆਵੇ ਉਹ ਇਹਨਾਂ ਨੂੰ ਮਾੜਾ ਲੱਗਦਾ ਹੈ ਇਹ ਧੱਕਿਆਂ ਦਾ ਸਮਾਂ ਹੁਣ ਥੋੜ੍ਹਾ ਹੀ ਰਹਿ ਗਿਆ ਅਸੀਂ ਆ ਕੇ ਦੇਖਾਂਗੇ ਕਿੰਨਾ ਕੁਛ ਇਹਨਾਂ ਨੇ ਕੀਤਾ ਹੈਗਾ ਇਹ ਸਾਰੇ ਝੂਠੇ ਨਿਕਲਣਗੇ ਅਸੀਂ ਤਾਂ ਆਪ ਕਹਿੰਦੇ ਸਗੋਂ ਇਹਨਾਂ ਦਾ ਕਰਾਉਣ ਉਹ ਮਾਨ ਕਹਿੰਦੇ ਮੇਰਾ ਕਰਾਓ ਅਤੇ ਉਹ ਦੂਜੇ ਪਾਸੇ ਕਹਿੰਦੇ ਸੁਖਵੀਰ ਹੋਣੀ ਕੋਈ ਲੋੜ ਹੀ ਨਹੀਂ ਅੱਜ ਸੁਖਵੀਰ ਨੇ ਕਿਹਾ ਹੋਇਆ ਇਹਦਾ ਮਤਲਬ ਸਾਰੇ ਝੂਠੇ ਨੇ ਇਹ ਬਿਊਰੋ ਰਿਪੋਰਟ ਪੰਜਾਬ ਟੂਡੇ